Hey guys, welcome back to our YouTube channel. ਅੱਜ ਅਸੀਂ ਪੀਜ਼ਾ ਬਣਾਵਾਂਗੇ। ਓਕੇ, ਤੇ ਅੱਜ ਅਸੀਂ ਫਸਟ ਟਾਈਮ ਬਣਾ ਰਹੇ ਹਾਂ ਪੀਜ਼ਾ ਘਰੇ, ਦੇਖਦੇ ਹਾਂ ਕਿਵੇਂ ਬਣਦਾ ਹੈ। ਪੀਜ਼ਾ ਬ੍ਰੈਡ ਤਾਂ ਆਪਾਂ ਲੈ ਲਈ ਸੀਗੀ, ਤੇ ਬਾਕੀ ਦਾ ਸਮਾਨ ਆਪਾਂ ਹੁਣ ਲੈਣ ਚੱਲੇ ਹਾਂ, ਤੇ ਤੁਹਾਨੂੰ ਵੀ ਅੱਜ ਅਸੀਂ ਦੱਸਾਂਗੇ ਕਿਵੇਂ ਕਿਵੇਂ ਅਸੀਂ ਪੀਜ਼ਾ ਬਣਾਉਂਦੇ ਹਾਂ। ਸੋ ਸਾਰੇ ਜਣੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ, ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ, ਤੇ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਿਓ। ਸੋ ਹੁਣ ਆਪਾਂ ਚੱਲੇ ਆ ਮਾਰਕੀਟ, ਤੇ ਉੱਥੇ ਜਾ ਕੇ ਕਰਦੇ ਆ ਸ਼ੋਪਿੰਗ, ਤੇ ਕੀ ਕੀ ਚੀਜ਼ਾਂ ਚਾਹੀਦੀਆਂ ਤੇ ਤੁਹਾਨੂੰ ਵੀ ਦਿਖਾਉਣੇ ਕੀ ਕੁਛ ਲੱਗਦਾ ਹਨਾ। ਆਪਾਂ ਕੱਲਾ ਪੀਜ਼ਾ ਦਾ ਸਮਾਨ ਨਹੀਂ ਲਵਾਂਗੇ, ਸੋ ਚੱਲ ਤਾਂ ਇੱਕ ਹੋਰ ਚੀਜ਼ ਅਸੀਂ ਔਰੇਂਜ ਮੌਕਟੇਲ ਵੀ ਬਣਾਵਾਂਗੇ ਘਰੇ। ਸੋ ਉਹ ਵੀ ਫਸਟ ਟਾਈਮ ਬਣਾਵਾਂਗੇ, ਪੀਵਾਂਗੇ ਮੌਕਟੇਲ, ਤੇ ਚਲੀਏ ਹੁਣ ਆਪਾਂ ਮਾਰਕੀਟ, ਜੋ ਕਿ ਅਸੀਂ ਬਣਾ ਦੇਣਾ ਗਤਾਵਾ। ਗਤਾਵਾ ਨਹੀਂ ਬਣਾਉਣਾ ਅੱਜ, ਵਧੀਆ ਬਣਾਵਾਂਗੇ। ਸੋ ਨੂਡਲ ਵਾਲੇ ਚੈਨਲ, ਨੂਡਲ ਵਾਲੇ ਵਲੌਗ ਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਦਿਓ ਤੇ ਇਸ ਵਲੌਗ ਨੂੰ ਵੀ। ਸੋ ਹਾਂਜੀ ਫਰੈਂਡਸ, ਤੇ ਹੁਣ ਆਪਾਂ ਮਾਰਕੀਟ ਤੋਂ ਆ ਚੁੱਕੇ ਸੀ ਤੇ ਸਾਰਾ ਸਮਾਨ ਲੈ ਆਂਦਾ, ਤੇ ਹੁਣ ਤੁਹਾਨੂੰ ਦਿਖਾਉਂਦੇ ਆ ਹਨਾ। ਦੇ ਦੂੰਗਾ ਤੈਨੂੰ ਬਸ ਇੱਕ ਚੀਜ਼। ਕੀ ਹੋਇਆ, ਕੀ ਹੋ ਗਿਆ? ਵੇਖਦੇ ਆ, ਤੁਹਾਨੂੰ ਪਤਾ ਹੀ ਹੈ ਕਹਿੰਦੇ ਨਹੀਂ ਸਵਾਦ। ਕੀ ਹੋ ਗਿਆ? ਮੈਨੂੰ ਕਹਿੰਦੇ ਇੱਕ, ਮੈਂ ਕਿਹਾ ਗੰਡੇ ਕਟਾ ਵਾਲਾ, ਕਹਿੰਦਾ ਗੰਡੇ ਕਟਾ, ਮੈਂ ਕਿਹਾ ਤੈਨੂੰ ਇੱਕ ਪੀਸ ਦੂੰਗਾ, ਕਹਿੰਦਾ ਮੈਂ ਨਹੀਂ ਕਟਾਉਣੇ। ਹੁਣ ਮੈਨੂੰ ਕਹਿੰਦਾ ਗੰਡੇ ਦੀ ਪ੍ਰਾਣ ਲੱਗੀ ਜਾਂਦੀ ਹੈ ਬੇਟੀ। ਤੇ ਫਰੈਂਡਸ ਹੁਣ ਤੁਸੀਂ ਦੇਖੋ ਕੀ ਕੁਛ ਲਿਆਂਦਾ ਆਪਾਂ, ਤੇ ਪਾ ਲਓ ਹੋਰ ਕੱਟ ਲਓ ਇੱਕ ਪਾਸੋਂ ਆਹੀ, ਤੇ ਇੱਕ ਆਪਾਂ ਚੀਜ਼ ਲਿਆਂਦੀ ਹੈ ਪੀਜ਼ਾ ਪਾਸਤਾ ਸੌਸ, ਤੇ ਹੋਰ ਲਿਆਂਦਾ ਹੈਗਾ ਆਪਾਂ ਇਹ ਹੈਗਾ ਜੀ ਮੋਜ਼ਰੀਲਾ ਚੀਜ਼, ਠੀਕ ਹੈ। ਤੇ ਹੋਰ ਆਪਾਂ ਕੀ ਲਿਆਂਦਾ ਜੀ, ਕੌਨਸ ਲਿਆਂਦੇ ਸੀਗੇ ਜੋ ਕਿ ਆਪਾਂ ਬੋਇਲ ਕਰ ਚੁੱਕੇ ਹਾਂ ਹਨਾ, ਤੇ ਆਪਣੀ ਹੁਣ ਵੈਜੀਸ ਵਗੈਰਾ ਵੀ ਕੱਟ ਹੋ ਚੁੱਕੀਆਂ। ਇੱਕ ਆਪਾਂ ਲਿਆਂਦਾ ਜੀ ਪਨੀਰ, ਤੇ ਇੱਕ ਲਿਆਂਦਾ ਸੀ ਚਾਟ ਮਸਾਲਾ ਯੇ, ਤੇ ਹੁਣ ਆਪਾਂ ਬਣਾਉਂਦੇ ਹਾਂ ਪੀਜ਼ਾ। ਪੀਜ਼ਾ ਬੇਸ ਤਾਂ ਸੱਚ ਮੈਂ ਅੰਦਰੋਂ ਚੱਕ ਲਿਆਵਾਂ ਇੱਕ ਮਿੰਟ ਹਨਾ, ਅੰਦਰ ਸੈਮੀ ਨੂੰ ਤਾੜਿਆ ਹੋਇਆ ਹਾਂ। ਚੱਲ ਅੰਦਰ, ਵੱਡਾ ਸਿਆਣਾ, ਚੱਲ ਅੰਦਰ। ਓ ਯਾਰ ਕਿਉਂ, ਸੈਮੀ ਦੀ ਡਾਈਟ ਹੈ, ਲੈ ਉਹਨੂੰ ਖਵਾਈ ਜਾਂਦੀ ਪਹਿਲਾਂ, ਇਹਨੇ ਪੀਜ਼ੇ ਚ ਪਾਉਣਾ ਹਾਂ। ਬਣਾ ਗਿਆ ਪੀਜ਼ਾ ਬੇਸ, ਸੋ ਛੋਟੇ ਛੋਟੇ ਪੀਸ ਕੱਟ ਲਾ ਬਸ ਇਹਦੇ। ਹਾਂ ਆ ਗਈ, ਇੰਨਾ ਕੀ ਸੀ ਬਸ, ਨਹੀਂ ਹੋਰ ਵੀ ਆ, ਸਾਰਾ ਪਾ ਦੇ, ਸਾਰਾ ਨਹੀਂ ਪਾਉਂਦੇ, ਦੋ ਦੋ ਹੈ ਗਿਆ, ਇਹਨੂੰ ਵੀ ਕੱਟ ਹੋਰ ਕੱਟੂਗੀ, ਦੋ ਬ੍ਰੈਡ ਹੈਗੇ ਫਿਰ ਉਸ। ਹਾਂ ਦੋਨ ਦੋ ਪੀਜ਼ੇ ਬਣਾਵਾਂਗੇ ਆਪਾਂ ਅੱਜ, ਹਾਂ ਤਾਂ ਫਿਰ ਉਸ ਹਾਂ ਨੂੰ ਪਨੀਰ ਕੱਟਾਂ, ਹਾਂ ਸਾਰਾ ਕੱਟ ਲਾ ਆਪਾਂ, ਟੌਪਿੰਗਸ ਚ ਆਪਾਂ ਆਪਦੇ ਹਿਸਾਬ ਨਾਲ ਪਾਉਣੀ ਆ, ਉਹ ਕਿਹੜਾ ਕਹੇ ਹੁੰਦੇ ਪਾਉਣ, ਤੂੰ ਖੜ ਬਸ ਬਹੁਤ ਆ, ਫਿਰ ਆ ਇੰਨਾ ਰੱਖ ਲਾ ਬਾਕੀ। ਚੰਗਾ, ਸੋ ਫਰੈਂਡਸ ਹੁਣ ਆਪਾਂ ਬੇਸ ਤੇ ਪਹਿਲਾਂ ਇੱਕ ਬੇਸ ਲੈ ਲਿਆ ਹੈ, ਤੇ ਪੀਜ਼ਾ ਪਾਸਤਾ ਸੌਸ ਲਾ ਲਈ ਹੈ, ਤੇ ਹੁਣ ਆਪਾਂ ਕਰਾਂਗੇ ਟੌਪਿੰਗ ਸਾਈਡ। ਚਲੋ ਪਹਿਲਾਂ ਉਹ ਪਾ ਸਵੀਟ ਕੌਰਨ, ਫਰੈਂਡਸ ਵਿੱਚ ਆਪਾਂ ਪਹਿਲਾਂ ਕੌਰਨ ਸੀ ਟੌਪਿੰਗਸ ਪਾ ਲਈ ਹੈ ਨਾ, ਦੱਸ ਦਿਓ ਕਿੰਨੇ ਪਾਉਣੇ, ਪਾਲਾ ਬਸ ਸਾਰੇ ਕਿਤੇ ਪਾ, ਇੱਕ ਥਾਂ ਤੇ ਨਾ ਪਾ, ਸਾਰੇ ਸਪਰੈਡ ਕਰ ਲਾ ਬਸ, ਵਿੱਚ ਵਿੱਚ ਪਾਉਣਾ ਬਾਬਾ ਦਾ। ਹੁਣ ਓਨੀਅਨ ਰੱਖ ਲਾ ਵਿੱਚ, ਕੰਡੇ ਪਾਲਾ, ਚੱਕ ਦੋ ਤਿੰਨ ਯਾਰ, ਬਸ ਏਡਾ ਕੰਮ ਕੀ ਹੈ, ਇੱਥੇ ਰੱਖ ਦੇ, ਇੱਥੇ ਰੱਖ ਦੇ ਸਾਈਡਾਂ ਹੈ ਨਾ, ਅਤੇ ਹੁਣ ਟਮਾਟਰ ਪਾਲਾ ਬਸ ਵਿੱਚ ਵਿੱਚ, ਗੈਸ ਮੈਨੂੰ ਵੀ ਕੰਮ ਕਰਾਉਣਾ ਪੈ ਰਿਹਾ, ਚੱਕ ਮੋਜ਼ਰੇਲਾ ਚੀਜ਼ ਭਰ ਭਰ ਕੇ, ਠੀਕ ਹੈ ਫਰੈਂਡ, ਆਪਾਂ ਟੋਪਿੰਗ ਹੀ ਬਾਲੀਆਂ ਇੰਨੀਆਂ ਪਾ ਦੀਆਂ, ਟੋਪਿੰਗ ਜ਼ਿਆਦਾ ਰਹਿ ਗਿਆ ਪੀਜ਼ਾ ਬੇਸ ਤੋਂ, ਪਰ ਕੋਈ ਨਹੀਂ ਫੇਰ ਹੀ ਸਵਾਦ, ਬਹੁਤ ਸਾਰਾ ਪਾ ਦੇ ਸਾਰਾ, ਇਹ ਸਾਰਾ ਹੀ ਪਾਉਂਗੀ, ਸਬਰ ਵੀ ਕਰਿਆ ਕਰੋ, ਸੈਪਰੇਟ ਕਰੀ ਉਹਨੂੰ, ਕਿਉਂਕਿ ਨਾ ਹੰਚੇ ਹੀ ਵਿੱਚ ਵਿੱਚ ਹੀ ਰੱਖੀ ਨਾ, ਓਕੇ ਓਕੇ ਤੂੰ ਚੁੱਪ ਕਰ ਜਾ, ਤੈਨੂੰ ਕਹਿ ਕੇ ਨਹੀਂ ਬੋਲਣ, ਲੜਨ ਲੱਪਾ ਹੈ
चंगी तरह भर दे चीज ना नहीं कोई नी माड़ा मोटा डुल गई इधर साइडा से पा सारे दे। सो फ्रेंड्स हुण आपां विच पिज्जा रखता जिवें कि तुसीं देख ही सकदे आ स्टैंड ला के ते पिज्जे ते टॉपिंग्स आपां बहुत ज़्यादा ते चीज़ भी बहुत ज़्यादा पाता ते हुण आपां इहनूं किन्ने टाइमर सैट करना स्टार्ट करता ते इहनूं कर दे तूं 5 मिनट ते 5 मिनट का हम आप टाइमर सैट कर लिया उन्ने चक्कर आप दूजे बेस से टॉपिंग्स सो आप हम दूसरे बेस से लावे टॉपिंग्स चलो जी अज बनाया 2 पिज्जे मजेदार ये सारा कुछ पै जाना है तो एक आप अज बना है मॉकटेल ओरेंज मॉकटेल एक पिज्जा बन गया सैकेंड पिज्जा रखते हैं सो चलो जी चिली फ्लेक्स वगैरह पानी है फर्स्ट पिज़्ज़ा तो देख ही सकते हो कितना टैम्पटिंग लग रहा है सैकेंड पिज़्ज़ा भी देखो तुम भी घर जरूर ट्राई करियो तो ये मैं बनाया रेड गोसूंगी अच्छी तरह छीलो लो पेन क्रश कर। क्रश करो मतलब चम्मच ओ पिया जी तो हूँ अपना जोड़ा है मॉकटेल तैयार हो रहा है जिम्मे देख सकते हैं संतरे का कड़ता व जूस तो हम आप थोड़ा जहा पावे चाट मसाला अकॉर्डिंग टू टेस्ट बस बहुत है इन्ना पाओ बस 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 चाट मसाला भी सीटें तो हूँ इस बाद पावे आप थोड़ी जी खंड खंड जी पानी है वो बूरा खंड होंगी है जी पानी है ये तो खंड आप पाने ये पा लो तुम 1.5 चम्मच है ना बहुत रहूगी इन्नी है 1.5 चम्मच बहुत रहूगी इतने देखते भर के नहीं चल भर के फिर एक ही बहुत एक भर के चम्मच पा दो बस नहीं हों वाहेगुरु हूँ ये पाइए काला नमक ये तुम पुदीना भी ऐड कर सकते हो फॉर द टाइम बीइंग पुदीना अपने को है नहीं सीगा करके आप पाया नहीं तो हूँ आप ये पा लीए जो काली लून मिर्च होंगी एक आम घर अपने वो थोड़ी जी पा लीए करांगे दारू वाला सोडा ऐड चलो जी सोडा ऐड करके तो फिर आप सारे मिक्स कर लवेंगे जिमें कि तुम देख सकते हो नाइस वेरी नाइस वाह बहुत है 2 ग्लास बन जाएंगे वधिया एक देखते हैं ना थले भी जाएगा ना चलो चलो बाह थले नहीं जाना ने भाई इसको इसके साथ गुलू गुलू कराए लो जी अपना कहीं देसी स्टाइल मॉकटेल हो गया है तैयार मर तैयार थोड़ा पाला बस बड़ा सर्व करो गलासा चे अपने पीजे तुसी देख सकते हैं पूरे एंड लैवल की गलबात हुई पी है तो हूँ आप खावे बाद रसोई चेख ती सकते हैं जिन्ना गंद पा छड़िया ही ओ हो ये बाद च सफाइया भी दिशा जी करे आए वे बच्चा आए हम की लभदा
ਕੱਚੇ ਗਲਾਸਾਂ ਵਿੱਚ ਪਾ ਕੇ ਹੁਣ ਅਸੀਂ ਚੱਕ ਲਏ ਨੇ ਜੀ ਦੋ ਕੱਚ ਦੇ ਗਲਾਸ ਤੇ ਗਲਾਸਾਂ ਨੂੰ ਹੁਣ ਨਹਾਈ ਨਹੀਂ ਕਰਾਏ ਠੀਕ ਹੈ ਨਹਾਈ ਨਹੀਂ ਕਰਾਣੇ ਕੇ ਬਾਅਦ ਉਸਕੇ ਬੀਚ ਮੈਂ ਮੋਕਟੇਲ ਡਾਲੇ ਤੇ ਉਤਨੀ ਦੇਰ ਹਮ ਆਪਣੇ ਪੀਜੇ ਲੈ ਕੇ ਜਾਤੇ ਹੈ ਕਮਰੇ ਮੇਂ ਔਰ ਲੈ ਕਰ ਆਉਣਾ ਪੀਛੇ ਸੇ ਮੋਕਟੇਲ ਤੋ ਮੋਕਟੇਲ ਵੀ ਤਿਆਰ ਹੋ ਗਿਆ ਤੇ ਪੀਜਾ ਵੀ ਇਹਨੂੰ ਹੁਣ ਕੱਟਣ ਦੀ ਕੋਸ਼ਿਸ਼ ਕਰਦੇ ਪਏ ਹੈ ਕਾਚੂ ਨਾਲ ਫਿਰ ਉਹ ਤਾਂ ਆਪਾਂ ਖਾਣਾ ਹੀ ਹੈ ਚੱਲ ਇਹਨੂੰ ਐਂ ਹੁਣ ਫੋਲਡ ਕਰਕੇ ਸੈਂਡਵਿਚ ਵਾਂਗੂ ਖਾ ਲਈਏ ਹੈ ਆ ਜਾ ਸੇਮੀ ਖਾਈਏ ਹੈ ਫਿਰ ਇਹਨੂੰ ਹੁਣ ਆਪਾਂ ਪੀਜ਼ੇ ਨੂੰ ਖਾਣ ਦੀ ਕੋਸ਼ਿਸ਼ ਕਰਦੇ ਹਾਂ ਤੇ ਚਲੋ ਜੀ ਹੁਣ ਪੀਜ਼ਾ ਖਾਈਏ ਤੋੜ ਤੋੜ ਕੇ ਤਾਂ ਦੇ ਦੇ ਮੈਨੂੰ ਮਾੜਾ ਜਿਹਾ ਮੈਂ ਕਿਵੇਂ ਤੋੜਾਂ ਮੈਨੂੰ ਤਾਂ ਆਪ ਨਹੀਂ ਤੋੜਨ ਆ ਰਿਹਾ ਐਂ ਕਰਕੇ ਆਹ ਫੜ ਫਿਰ ਫੜੋ ਤੇ ਮੈਂ ਤੁਹਾਨੂੰ ਤੋੜ ਕੇ ਦਿਖਾਉਣਾ ਖਾਣਾ ਚੱਲ ਜਿੰਨਾ ਵੀ ਹੈ ਕੀ ਖਾਏ ਉਹ ਪਤਾ ਹੀ ਹੈ ਤੇਰਾ ਲਓ ਜੀ ਫਰੈਂਡਸ ਹੁਣ ਆਪਾਂ ਕਰ ਲੈ ਹੁਣ ਆਪਾਂ ਕਰ ਰਹੇ ਹਾਂ ਆਪਣਾ ਪੀਜ਼ਾ ਇੰਜੋਏ ਤੁਸੀਂ ਵੀ ਸਾਡੇ ਵਾਂਗੂ ਪੀਜ਼ਾ ਜ਼ਰੂਰ ਬਣਾ ਕੇ ਵੇਖਿਓ ਠੀਕ ਹੈ ਤੇ ਸਾਰੇ ਜਣੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੇ ਤੁਹਾਨੂੰ ਵਧੀਆ ਲੱਗਿਆ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਤੁਹਾਨੂੰ ਇਹ ਵਲੌਗ ਕਿਵੇਂ ਲੱਗਿਆ ਤੇ ਨੈਕਸਟ ਵਲੌਗ ਵੀ ਆਪਾਂ ਕਿਹੜਾ ਬਣਾਈਏ ਤੇ ਸਾਰੇ ਜਣੇ ਸਾਰੇ ਵਲੌਗਸ ਨੂੰ ਪਿਆਰ ਦਿੰਦੇ ਰਹੋ ਤੇ ਸਪੋਰਟ ਕਰਦੇ ਰਹੋ ਤੇ ਆਪਣੇ ਚੈਨਲ 'ਤੇ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਛੇਤੀ ਛੇਤੀ ਉਹ 'ਤੇ 10K ਕਰਾ ਦਿਓ ਅਤੇ ਫਿਰ ਆਪਾਂ ਉਹਦਾ 10K ਦਾ ਕੇਕ ਕੱਟਾਂਗੇ ਥੈਂਕ ਯੂ ਫਰੈਂਡਸ ਬਾਏ ਬਾਏ